ਦਵਾਈ ਲੈ ਜਾਣ ਲੱਗੇ ਇਹਦੇ ਵਿੱਚ ਸਿਰਫ ਢੋਲ ਕੇ ਐਦਾਂ ਚੰਗੀ ਤਰ੍ਹਾਂ ਬਲਾਤ ਨਾ ਗੀੜੇ ਮਸ਼ੀਨ ਦੂਜੀ ਵੀ ਲੈ ਆਂਦੀ ਅਸੀਂ ਵੈਸੇ ਲੋ ਵੀ ਗੁੱਡ ਮਾਰਨਿੰਗ ਗਾਇਸ ਆਇਓ ਤੁਸੀਂ ਸਾਰੇ ਵਧੀਆ ਹੋਵੋਗੇ ਐਨ ਉਤਰੋ ਫਿਰ ਮੜੇ ਆ ਕਾਚੂ ਕਾਚੂ ਤਾਲ ਲੋ ਵੀ ਮਿੱਤਰੋ ਅੱਜ ਹੀ ਚੱਲੇ ਗੁਰਦੁਆਰੇ ਦੀ ਸਾਫ ਸਫਾਈ ਕਰਨ ਟਾਈਲਾਂ ਦੀ ਸਾਫ ਸਫਾਈ ਕਰਨ ਪੁੱਛ ਲਾ ਦੁਬਾਰਾ ਲਾਉਣਾ ਤਾਂ ਹੈ ਇੱਥੋਂ ਚਲਾਉਣੀ ਮੋਟਰ ਹੈ ਆਹੋ ਆ ਇੱਥੋਂ ਚੱਲ ਜਣੀ ਕਿੱਥੋਂ ਹਾਂ ਇੱਥੋਂ ਨਹੀਂ ਚੱਲੂ ਨਹੀਂ ਆ ਹਾਂ ਤੇ ਉੱਥੋਂ ਚੱਲ ਜਣੀ ਹੈ ਇੱਥੋਂ ਹੀ ਹਾਂ ਹਾਂ ਲੱਗ ਗਿਆ ਵਾ ਚੰਗੀ ਤਰ੍ਹਾਂ ਹਾਂ ਚੱਲ ਜੀ ਟੂਟੀ ਲਾਇਓ ਟੂਟੀ ਵਾਓ ਵੀ ਮਿੱਤਰੋ थोड़ा टाइम लेना इन्हें चलन नहीं नहीं लो भी अज कर लगे सफाई सारे जने अपने गुरुद्वारे की सेवा कराया करो यार अं क्या चल उदा व्लॉग बना नहीं है ना ਅਸੀਂ ਕਿਹਾ ਲੋਕ ਤਾਂ ਬਣਾ ਦਈਏ ਵੀ ਲੋਕੀ ਕਹਿਣ ਨਾ ਵੀ ਬਸ ਗੁਰਦੁਆਰੇ ਸਿੱਧਾ ਉਹ ਕਰਦੇ ਆਣ ਕੇ ਮਤਲਬ ਵਹਿੰਦੇ ਮੁੰਦੇ ਆ ਕੋਈ ਕਰਦੇ ਨਹੀਂ ਆ ਸਫਾਈ ਵੀ ਕਰਿਆ ਕਰੋ ਸਾਰੇ ਜਿਹੜੇ ਮੈਨੂੰ ਵਹਿੰਦੇ ਹਾਂਡੇ ਵਲੋਗ ਵਹਿੰਦੇ ਸਾਰੇ ਗੁਰਦੁਆਰੇ ਆਣ ਕੇ ਸੇਵਾ ਕਰਿਆ ਕਰੋ ਅਤੇ ਸੇਵਾ ਚੱਲ ਰਹੀ ਆ ਹਾਲੇ ਆਈ ਨਹੀਂ ਆ ਗੈਂਗ ਸਾਰੀ ਪਹੁੰਚੂਗੀ ਇੱਥੇ ਟੈਨਸ਼ਨ ਨਾ ਲਓ ਤੁਸੀਂ ਬਾਅਦ ਹਾਂ ਆ ਗਿਆ ਉੱਠ ਕੇ ਰਾਤੀ ਸਾਡਾ ਪੈਰਾ ਸੀ ਅਤੇ ਸੁੱਤੇ ਵੀ ਅਸੀਂ ਇੱਥੇ ਸੀ ਅਤੇ ਹੁਣ ਆਏ ਹਾਂ ਅਸੀਂ ਸੇਵਾ ਕਰਨ ਚੱਲ ਫਿਰ ਖੜੀਏ ਟੱਬ ਅਤੇ ਟੱਬ ਦੇ ਵਿੱਚ ਪਾ ਕੇ ਟੱਲੀ ਬੰਨ ਕੇ ਤੇ ਮਾਰੀ ਜਾਂਦੇ ਆ ਨਾਲ ਸਰਫ ਦੇ ਉੱਤੇ ਪਹਿਲਾਂ ਸਰਫ ਦਾ ਤੇ ਕਰੀਏ ਅਰੇਂਜਮੈਂਟ ਉਹ ਫੜ ਆਹ ਟੱਬ ਨਿੱਕਾ ਜਿਹਾ ਲੈਵਾਂ ਮੈਂ ਫੜ ਟੱਬ ਦੇ ਫਿਰ ਟੱਬ ਫੜ ਕੇ ਵਿੱਚ ਸਰਫ ਘੋਲ ਕੇ ਸ਼ੀਸ਼ਿਆਂ ਨੂੰ ਮਾਰ ਕੇ ਸ਼ੀਸ਼ੇ ਨੂੰ ਇਹਦੇ ਘੜੀ ਟੱਲੀ ਬੰਨ ਕੇ ਅਤੇ ਟੱਲੀ ਮਾਰ ਕੇ ਅਤੇ ਮੁੜ ਕੇ ਫਿਰ ਬਾਣੀ ਮਾਰ ਦੇਣਾ ਜੇ ਤੁਸੀਂ ਵੀ ਇੱਦਾਂ ਕਰਨਾ ਤਾਂ ਵੇਖੋ ਜੇ ਤੁਹਾਡੇ ਕੋਲ ਇੱਦਾਂ ਦੀ ਮਸ਼ੀਨ ਹੈਗੀ ਆ ਆਹ ਬੜੀ ਆ ਬੜਾ ਇੰਨਾ ਮਾਮਾ ਉਹ ਥੋੜ੍ਹਾ ਥੋੜ੍ਹਾ ਖਿੱਚਦੀ ਆ ਉਹ ਪਾਣੀ ਥੋੜ੍ਹਾ ਥੋੜ੍ਹਾ ਖਿੱਚਦੀ ਆ ਇਹਦਾ ਬਚਨ ਬੜਾ ਹੋਣਾ ਹੋਗਾ ਉਹ ਲੈ ਲੈਣੇ ਨਹੀਂ ਆਹ ਠੀਕ ਆ ਕੋਈ ਨਹੀਂ ਅਤੇ ਆਹ ਹੁਣ ਟੱਬ ਹੀ ਲੈ ਜਾਣ ਲੱਗੇ ਇਹਦੇ ਵਿੱਚ ਸਿਰਫ ਘੋਲ ਕੇ ਜੇ ਤੁਹਾਡੇ ਕੋਲ ਵੀ ਇੱਦਾਂ ਦੀ ਮਸ਼ੀਨ ਹੈਗੀ ਆ ਤਾਂ ਤੁਸੀਂ ਵੀ ਇੱਦਾਂ ਭਾਵੇਂ ਘਰਾਂ 'ਚ ਕਰ ਲਿਆ ਕਰੋ ਯੂਜ਼ ਜੇ ਸ਼ੀਸ਼ੇ ਸ਼ੂਸ਼ੇ ਸਾਫ ਕਰਨੇ ਹੁੰਦੇ ਆ ਉਹ ਲਾ ਲਈਏ ਕੱਪੜਾ ਗਾੜੀ ਅਤੇ ਹੁਣ ਟੱਲੀ ਬੰਨੀ ਨਾਲ ਇਹਦੇ ਘੁੱਟ ਕੇ ਗਾੜੀ ਟੱਲੀ ਬੰਨ ਕੇ ਅਸੀਂ ਮਾਰੀ ਜਾਣੀ ਆ ਤੁਸੀਂ ਮਾਰੀ ਜਾਓ ਸਿਰਫ ਬਾਕੀ ਓਦਾਂ ਵੀ ਬੜਾ ਫਰਕ ਪੈ ਗਿਆ ਵਾ ਤੇ ਜੋ ਸਿਰਫ ਭੱਜ ਗਿਆ ਹੋਰ ਪੈ ਜਾਣਾ ਚਲੋ ਵੀ ਮਾਰ ਕੇ ਹੁਣ ਥੋੜ੍ਹੀ ਥੋੜ੍ਹੀ ਕਰਕੇ ਸਫਾਈ ਅਤੇ ਵਿੱਚ ਵਿੱਚ ਤੁਹਾਨੂੰ ਛੋੜ ਦਿੰਦੇ ਹਾਂ ਆਪਣੀ ਮਸ਼ੀਨ ਨਾ ਖਰਾਬ ਕਰ ਲਿਓ ਤੇ ਏਦਾਂ ਚੰਗੀ ਤਰ੍ਹਾਂ ਪਹਿਲਾਂ ਹੱਥ ਨਾਲ ਗੀਟੇ ਭੰਨਣੇ ਆ ਤੇ ਫਿਰ ਵਿੱਚ ਸੁੱਟੋ ਪੈਰ ਕਿਉਂਕਿ ਮਸ਼ੀਨ ਦੇ ਅੰਦਰ ਜਿਹੜਾ ਪਾਣੀ ਜਾਵੇ ਇਕੱਲਾ ਬਸ ਬੜਾ ਵਾ ਬੜਾ ਲਾ ਦੇ ਮਸ਼ੀਨ ਹੁਣ ਬਸ ਕੰਮ ਖਿੱਚ ਜੇ ਬਸ ਲਾ ਦੇ ਮਸ਼ੀਨ
ਬੋਬੀ ਜਾ ਰੇ ਚਾਚਾ ਗਰਮੀ ਹੋਈ ਮੇਰੇ ਹਿਸਾਬ ਨਾਲ ਗਰਮੀ ਹੋ ਗਈ ਹੈ ਉਹ ਤਾਰ ਵੀ ਹੋ ਜੇ ਗਰਮ ਹੋਣ ਦੇ ਕਰਕੇ ਹੁਣ ਚੱਲਣ ਨਹੀਂ ਰਹੀ ਹੈ ਤਾਂ ਹੁਣ ਅਸੀਂ ਦੂਜੀ ਮਸ਼ੀਨ ਲੱਗੇ ਮੰਗਾਉਣ ਕਿਉਂ ਕੰਮ ਰੁਕਣਾ ਨਹੀਂ ਚਾਹੀਦਾ ਕਰੋ ਦੂਜੀ ਮਸ਼ੀਨ ਦਾ ਇਹ ਤਾਂ ਅਸੀਂ ਪਹਿਲਾਂ ਕਹਿਤਾ ਵੀ ਸਰਫ ਨਾਲ ਕੰਮ ਖਰਾਬ ਨਾ ਕੱਲ ਤਾਂ ਸਰਫ ਨਾਲ ਹੀ ਹੋਇਆ ਜੇ ਤੇ ਸਰਫ ਹੁਣ ਤੁਸੀਂ ਇਹ ਰਿਸਕ ਨਹੀਂ ਲੈਣਾ ਸਰਫ ਵਾਲਾ ਸਰਫ ਉਹ ਤਾਂ ਮਾਰਨਾ ਹੱਥ ਨਾਲ ਹੱਥ ਨਾਲ ਸਰਫ ਮਾਰਨਾ ਕਿਉਂ ਚਾਚਾ ਰਿਸਕ ਲੈਣ ਦੀ ਲੋੜ ਦੀ ਆ ਜੇ ਕਹਿੰਦੇ ਲੈਣਾ ਤੇ ਆਪਣੇ ਸਿਰ ਤੇ ਲਿਓ ਇਹਦਾ ਕਿਉਂ ਵੀ ਵੈਗ ਨੇ ਗਿਆ ਇਹ ਬਾਜ ਕਿਉਂਕਿ ਇਹ ਸਿਰਫ ਪਾਤਾ ਮਸ਼ੀਨ ਚ ਮਸ਼ੀਨ ਹੋ ਗਈ ਜਾਮ ਹੋ ਗਈ ਆ ਚੱਲਣ ਨਵੀਂ ਮਸ਼ੀਨ ਹੁਣ ਲਿਆਉਣ ਲੱਗੇ ਹਨਾ ਤੇ ਚੱਲਣ ਡਈ ਆ ਚਾਚਾ ਉਹਦਾ ਵਿੱਚ ਮਾਰਦੀ ਮੇਰੇ ਹਿਸਾਬ ਨਾਲ ਸਲਫ ਦੇ ਕਰਕੇ ਹੋਈ ਜਾਮ ਸਲਫ ਦੇ ਕਰਕੇ ਹੋਈ ਆ ਤੋਂ ਫੇਰ ਆਖਾ ਪੇ ਚੱਲ ਪਣੀ ਹਾਂ ਚਲੋ ਦੂਜੀ ਮਸ਼ੀਨ ਤੇ ਹੁਣ ਅਸੀਂ ਮੰਗਾ ਲਈ ਆ ਤੇ ਜੇ ਤੁਹਾਡੇ ਕੋਲ ਦੂਜੀ ਮਸ਼ੀਨ ਦਾ ਬੈਕਅਪ ਹੈਗਾ ਤੇ ਤੁਸੀਂ ਵੀ ਇਦਾਂ ਕਰ ਲਿਓ ਨਹੀਂ ਤਾਂ ਨਾ ਕਰਿਓ ਬਸ ਉਧਰੋਂ ਰਹਿ ਗਿਆ ਇੰਨਾ ਕੁ ਪਰ ਇਧਰੋਂ ਪੂਰੀ ਗੱਲ ਬਣੀ ਕਰੋ ਚੈੱਕ ਵਾਲ ਤਾਂ ਲਾਈਏ ਇਹਨੂੰ ਉਹ ਵੱਡੇ ਵਾਲ ਤਾਂ ਲਾ ਇਹਨੂੰ ਨਾਲ ਇਧਰੋਂ ਵਧਾਈ ਵਾਲੀ ਗੱਲ ਇਹ ਆ ਵੀ ਮਸ਼ੀਨ ਹਟੀ ਗਈ ਚੱਲ ਤੇ ਮਸ਼ੀਨ ਵੀ ਚੱਲ ਗਈ ਆ ਤੁਸੀਂ ਕਹਿਣ ਡੇ ਹੋਰ ਘਰੇ ਉੱਦਾਂ ਹੀ ਕਹਿਣ ਡੇ ਮਸ਼ੀਨ ਦੂਜੀ ਲਿਆਓ ਦੂਜੀ ਲਿਆਓ ਮਸ਼ੀਨ ਵੀ ਚੱਲ ਗਈ ਆ ਮਸ਼ੀਨ ਦੂਜੀ ਵੀ ਲੈਣ ਦੀ ਅਸੀਂ ਵੈਸੇ ਪਰ ਸਾਡੀ ਇਹੋ ਹੀ ਚੱਲ ਗਈ ਆ ਕੰਮ ਸਰ ਗਿਆ ਉੱਦਾਂ ਹੈ ਨਾ ਕਿਦਾਂ ਫੇਰ ਕਰਨ ਡਈ ਆ ਕੰਮ ਗਿਆ ਸਰ ਤੇ ਕੰਮ ਗਿਆ ਸਾਰਾ ਤੇ ਬਸ ਥੋੜ੍ਹੇ ਕੁ ਚਿਰਾਂ ਤੱਕ ਸਫਾਈ ਹੋ ਜਾਣੀ ਆ ਤੇ ਫਿਰ ਅੱਜ ਥੋੜ੍ਹੀ ਮਤਲਬ ਗੈਂਗ ਵੀ ਸਾਡੀ ਸਕੂਲ ਇਸ ਗੱਲ ਕਹੀ ਆ ਤਾਂ ਅੰਦਰ ਸਫਾਈ ਕਰਨੀ ਆ ਤੇ ਅੰਦਰ ਸਫਾਈ ਕਰਕੇ ਛੇ ਦਿਨ ਫਿਰ ਤੇ ਉਹ ਵੀ ਤੁਹਾਨੂੰ ਵਲੋਗ 'ਚ ਵਿਖਾਵਾਂਗੇ ਗੁਰੂ ਘਰ ਦੀ ਤੇ ਬਾਕੀ ਤੁਸੀਂ ਵੇਖ ਸਕਦੇ ਜੇ ਨਾਲ ਸਾਡੇ ਚਾਚਾ ਤੇ ਅਜਾ ਤੇ ਪੰਮੂ ਤੇ ਲੈ ਵੀ ਲੈ ਪੂਰਾ ਪ੍ਰੈਸ਼ਰ ਬਣ ਗਿਆ ਤੇ ਬਾਕੀ ਹੁਣ ਕਰਦੇ ਹਾਂ ਸਫਾਈ ਤੇ ਸ਼ਾਇਦ ਉਹ ਵੀ ਕਰੀਏ ਨਿਸ਼ਾਨ ਸਾਹਿਬ ਦੀ ਨਿਸ਼ਾਨ ਸਾਹਿਬ ਦੀ ਕਰਕੇ ਫਿਰ ਤੁਹਾਨੂੰ ਵਿਖਾਉਂਦੇ ਹਾਂ ਜੇ ਨਹੀਂ ਕੀਤੀ ਤਾਂ ਫਿਰ ਜਦੋਂ ਅੰਦਰ ਕਰਨੀ ਆ ਉਹਦੇ ਨਾਲ ਕਰਾਂਗੇ ਉਹਨੂੰ ਤੇ ਕੰਮ ਚੱਲ ਲੈਂਦੇ ਆ ਪੂਰਾ ਲੋ ਸੰਗਤੋ ਵੇਖ ਲਓ ਪਹਿਲਾਂ ਇੱਦਾਂ ਹੀ ਜਿਹੜੀ ਅਸੀਂ ਸਫਾਈ ਕਰਨ ਲੱਗੇ ਹਾਂ ਹੁਣ ਆ ਬਿਫੋਰ ਅਤੇ ਆਫਟਰ ਤੁਹਾਨੂੰ ਵਿਖਾਵਾਂਗੇ ਬਾਅਦ 'ਚ ਸਫਾਈ ਕਰਕੇ ਅਤੇ ਇੱਦਾਂ ਦਾ ਹੋ ਗਿਆ ਸੀ ਚਲੋ ਤੁਹਾਨੂੰ ਵਿਖਾ ਹੀ ਦਿੰਦੇ ਹਾਂ ਆਹ ਬਿਫੋਰ ਲਾ ਲਓ ਤੁਸੀਂ ਇੱਧਰਲਾ ਬਸ ਅਸੀਂ ਕਰਤਾ ਸਾਰਾ ਚਾਹ ਕਰੋ ਚੈੱਕ ਹੋ ਗਿਆ ਅਤੇ ਬਸ ਆਹ ਰਹਿ ਗਿਆ ਥੋੜ੍ਹਾ ਬਾਕੀ ਤੁਸੀਂ ਵੇਖ ਸਕਦੇ ਜੇ ਇੱਦਾਂ ਵੀ ਪਿੱਛੋਂ ਅਤੇ ਬਾਕੀ ਫਿਰ ਬੇਨਤੀ ਹੈ ਕਿ ਕਰਿਆ ਕਰੋ ਜਿਹੜੇ ਜਿਹੜੇ ਧਰਮਾਂ ਦੇ ਵਿੱਚ ਕਿਸੇ ਵੀ ਧਰਮਾਂ ਨੂੰ ਜਿਹੜੇ ਬਿਲੋਂਗ ਕਰਦੇ ਸਾਰੇ ਧਰਮਾਂ ਨੂੰ ਆਪਣੀ ਸੇਵਾ ਕਰਿਆ ਕਰੋ ਜਾ ਕੇ ਕਿਉਂ ਮੁੰਡਾ ਵੇਖੋ ਜਾਣ ਦਿਖਾਉਂਦਾ ਆ ਇਕੱਲਾ ਹੀ ਫੜ ਲਾ ਨਾਲ ਹੁਣ ਇਕੱਲਾ ਲੈ ਕੇ ਜਾਊਗਾ ਅਤੇ ਬਾਕੀ ਇਹਨਾਂ ਦੇ ਮਾਰ ਦਾਂਗੇ ਮਾੜਾ ਮਾੜਾ ਘੱਟਾ ਜਿਹਾ ਕੱਢ ਦਾਂਗੇ ਉੱਤੇ ਵੀ ਗਮਲੇ ਗੁਮਲੇ ਸਾਫ਼ ਕਰ ਦਾਂਗੇ ਅਤੇ ਅੰਦਰ ਦੀ ਤਾਂ ਬਾਅਦ 'ਚ ਰਹਿ ਨਹੀਂ ਬਸ ਉਹ ਬਾਅਦ 'ਚ ਕਰ ਲਾਂਗੇ ਬਸ ਇਹ ਇਹਦਾ ਮਕਸਦ ਇਹੀ ਆ ਡਾ ਇਹ ਵਲੋਗ ਬਣਾਉਣ ਦਾ ਵੀ ਇਕੱਲਾ ਬਸ ਗੁਰਦੁਆਰੇ ਦਾ ਨਾਂ ਲੈ ਕੇ ਬਹਿਣਾ ਬੂਣਾ ਬਹਿਣ ਬੂਣ ਦਾ ਕੰਮ ਨਹੀਂ ਆ ਸੇਵਾ ਵੀ ਕਰਿਆ ਕਰੋ ਮੇਰਾ ਭਰਾ ਸਾਰੇ ਜਾਣੇ ਅਤੇ ਅੰਦਰੋਂ ਵੀ ਯਾਰ ਇਹੋ ਕੰਮ ਆ
अंदरों भी इदा ही है गुरु घर करते रही साफ पर इदा कभी किया नहीं है। आ सारा कुछ खोल खाल के इधरों आ पर्दे पुरदे ला के सारा कुछ तो आ थले मैटिंग हुई है मैटिंग जी करके सारी तो मत्था टेक लिया वाहेगुरु ने अंदर आए तो आ सारे मैट मूट कट के चाचा किस दिन मैट मूट कट के अंदर भी कर दी इदा ही छे महीने लग जाने रमान सरते बहिए हाँ कैमरा गंदा हो गया तो सारी जिन्हें इतने होंगे शामी सारे होने ओ तो ऐ कर देने उन्होंने चलो वेखो जी स्टाला कहेंगे अज थोड़ी जी बिजी है कहते राती पैरा भी ना वो करके ला भी इधरों करता साफ तो उधर वे तू बहुत ही ज्यादा बहुत ही ये भी हम तुम छका के दसांगे खेती लबा पिया वाहेगुरु जी का खालसा श्री वाहेगुरु जी की फतेह सेवा वेले वेला कोई नहीं आता मुंडे चल है भी चलो बिजी है चलो कह नहीं सकते अं बाकी चलो सारे आते हैं घूम घुमा के सेवा बाकी फिर डाइट भी खानी हले केले कूले लो भी आ डटकाना वेख लो इदा ही झाड़ू मार के फिर चाचा कई कट के वैदे फिर कि झाड़ू मार के बस चाचा डाले मुड़के लो जी मशीन फर लेनी करो चेक मशीन मारो मारो मशीन इतो ओके तो इदा मशीन ही चला लेनी है फिर मशीन उत्थे डाल देनी झाड़ू फर लेना बस काम छेती छेती करना क्योंकि गर्मी बहुत ज्यादा है तो हिसाब ला सकते जे तो टेक्नोलॉजी वीर लभे भा ओके रिपोर्ट कर दी है मेरे वीर ओके रिपोर्ट हाँ जी कहते कैमरा नहीं घुमा आता सानू कह दे कहते कैमरा नहीं आता घुमा दस कि देर घुमा दस कि घुमा लभे भा कैमरा तो जिदा मर्जी घुमा गस लुक करे इग्नोर तो काम न करे गौर करो चेक तो चाचे ने अपनी कहते लाती है गाइया लेके जिंदगी पूरा काम दुध नाल जो दुध मिलना ना इदा प्रोटीन ही है निरा प्रोटीन हां चलो सीधा ताजा ताजा चलो गाइस फिर तुम एक शॉट पाने लभे भा फिर दुध पीए सीधा ही ऑनलाइन जनरेटर छड़िए चाचा हम क्योंकि दर्शक भी वेखन डे हम फिर काम अद च रोक नहीं ना सकते अं लो मित्रों फैसिलिटी अपने को सारिया है कि गलों काम रुगन नहीं देना ही चाचा जे कहने ठंडा पानी पीना तो ठंडा पानी पी सकता पापा डया पीन कम रुकना नहीं चाहिदा कम रुकना नहीं चाहिदा बत्ती हो गई बंद तो बंदा हजे उतरिया थले नहीं क्या जनरेटर चला दिए तो जनरेटर गया चल कम अगे 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 क्यों लभे लभा छो गम रुकन नहीं देना आ भी कर देना हम बस थोड़े चिर तक दुध भी तुम पिने लग गई हाँ जी
गाइस बोलो कुछ हैं हंस रही है थोड़ा थोड़ा छुट्टी में हाँ नहीं दुद्ध देता भी होना दर्शकों हाँ कोई चक्कर नहीं है बनाने यार मिनी ब्लॉग अजय बनाने मिनी ब्लॉग है तो भाने ज्यादा चल बाबा माफ करी एक कट करना पैना बिचा बनाने मिनी ब्लॉग है तो बन जाता वा वा ये की हिसाब प्यार ही ना दी भी जी करता भी सारा कुछ खाई जाइए अं जो जो करते हैं ना चलो टैंपरेचर पर मेरे हिसाब से चलने ना पैंती के लग सके इन्ना टैंपरेचर वा चलो कोई गल नहीं ਇਹ ਮੇਰੇ ਵੀ ਨਾ ਕਹਿੰਦੇ ਦੁਬਈ ਦੇ ਵਿੱਚ ਕੰਮ ਕੀਤਾ ਤਾਂ ਹੀ ਨਹੀਂ ਆਲ ਵਰਲਡ 'ਚ ਗੱਲਾਂ ਹੁੰਦੀਆਂ ਆਲ ਵਰਲਡ 'ਚ ਦੁਬਈ ਦੇ ਵਿੱਚ ਕੰਮ ਕੀਤਾ ਕਤਰ ਵੀ ਗਏ ਆ ਸਾਰੇ ਪਾਸੇ ਗਏ ਆ ਜੀ ਤੇ ਬਾਕੀ ਤੁਸੀਂ ਪੁਰਤਗਾਲ ਵਾਲੇ ਨੂੰ ਪੁੱਛ ਸਕਦੇ ਜੀ ਵੀ ਕਿੱਦਾਂ ਟੈਂਪਰੇਚਰ ਉੱਥੇ ਕਿੱਦਾਂ ਕੀ ਹਿਸਾਬ ਕਿਤਾ ਬਹੁਤ ਵਧੀਆ ਮੌਸਮ ਸਹੀ ਆ ਤੇ ਬਾਕੀ ਇੱਕ ਗੱਲ ਹੋਰ ਗੋਲ ਗੱਪੇ ਦੇ ਕਾਂਜੀ ਤਿਆਰ ਬਰ ਤਿਆਰ ਘਰੋਂ ਆਉਣ ਲੱਗੀ ਆ ਤੇ ਦਰਸ਼ਕੋ ਜੁੜੇ ਰਹੋ ਬਸ ਨਾਲ ਤੇ ਬਸ ਕੰਮ ਤੁਹਾਨੂੰ ਹਾਂ ਨਾਲੇ ਸੇਵਾ ਤੇ ਨਾਲੇ ਇੰਜੋਏ ਕਰਨਾ ਹੈ ਬਾਬੇ ਦੀ ਕਿਰਪਾ ਪੂਰੀ ਆ ਤੰਗੀ ਨਹੀਂ ਹੈਗੀ ਕਿਸੇ ਗੱਲ ਦੀ ਬਾਬੇ ਦੇ ਘਰ ਖਲੋ ਕਹਿ ਲੈ ਹਾਂਜੀ ਮੀਂਹ ਆਉਣ ਲੱਗਾ ਕੋਈ ਨੀ ਮੀਂਹ ਵੀ ਰੋਕ ਦਾਂਗੇ ਬਾਬੇ ਨੂੰ ਕਹਿ ਕੇ जनरेटर भी धोखा दे गया की खराब हो गया चेंज ओवर खराब हो गया लगे पता गुरुद्वारे सेवा करनी एक दिन छुट्टी करा दो ऑनलाइन दुध पै जाएगा चलो इधर कर सोन लगे मिठा पै गया सची गल मिठा पै गए नहीं आलू नहीं लेंदे आलू मां कहिंदी टाइम लग जाना फिर डाइट बनी पई ही हूं ऐड कर लेनी धन्यवाद भी पहुंच दिया की करो चेक गोल गप्पा लो नहीं
ਆਹੀ ਨਾਲ ਚੀਜ਼ ਚੈੱਕ ਕਰਾਓ ਫਿਲਟਰ ਸਾਂ ਕੀ ਕਰਨਾ ਹੁਣ ਟੁੱਟ ਗਿਆ ਹੂੰ ਜਿੱਥੇ ਚੇਂਜ ਓਵਰ ਕਰੀ ਜਾਵਾਂ ਆਹ ਹੈਂਡਰੋ ਆਇਆ ਬੀਟਰ ਸਾਂ ਲੋ ਵੀ ਗੋਲ ਗੱਪਾ ਤਿਆਰ ਕਰੋ ਚੈੱਕ ਪਾਸਾ ਗਾਜ ਜਾ ਰਹੀ ਲੋ ਵੀ ਮਿੱਤਰੋ ਓਏ ਪੈਪ ਤੇ ਰਹੀ ਮੈਂ ਕਿ ਲੋ ਮਿੱਤਰੋ ਹੁਣ ਕਰੋ ਚੈੱਕ ਫਿਰ ਇਧਰੋਂ ਵੀ ਇਧਰੋਂ ਕਰਤਾ ਆਹੋ ਇਧਰੋਂ ਕਰਤਾ ਆ ਸਾਰਾ ਪਹਿਲਾਂ ਕਰਤਾ ਇਹ ਤੁਹਾਨੂੰ ਦਿਖਾਤਾ ਜੀ ਤੇ ਪੂਰੀਆਂ ਐ ਕਰਾਤੀਆਂ ਗੱਲਾਂ ਬਾਤਾਂ ਤੇ ਹੁਣ ਰਹਿ ਗਿਆ ਅੰਦਰੋਂ ਚਾਹ ਰਹਿ ਗਿਆ ਤੇ ਕੱਲ੍ਹ ਕਰਦੇ ਇੱਥੋਂ ਕੰਟੀਨਿਊ ਵਲੋਗ ਨੂੰ ਤੇ ਥੋੜ੍ਹਾ ਵੱਡਾ ਸਾਦਾ ਵੇਖ ਲਿਓ ਤੇ ਬਾਕੀ ਯਾਰ ਮਸ਼ਹੂਰੀ ਮਸ਼ਹਾਰੀ ਹੁੰਦੀ ਹੁੰਦੀ ਇੱਕ ਅੱਧੀ ਉਹ ਵੀ ਵੇਖ ਲਿਆ ਕਰੋ ਤੇ ਕੱਲ੍ਹ ਇੱਥੋਂ ਕਰਦੇ ਸ਼ੁਰੂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਲੋ ਵੀ ਅਗਲੇ ਦਿਨ ਦੀ ਅਲਪੀ ਸੇਵਾ ਆ ਮੈਡਮ ਨਾਲ ਕੱਟ ਕਰੀਏ ਇਕੱਠਾ ਹੁਣ ਤੇ ਮੁੜ ਕੇ ਇੰਨਾ ਕਵਰ ਕਰਕੇ ਨਾ ਇੰਨਾ ਗੱਦੇ ਨੂੰ ਸਾਫ਼ ਕਰਕੇ ਦੋ ਚਾਰ ਦਿਨ ਫਿਰ ਕੇ ਆ ਕੇ ਫਿਰ ਸਾਂਭੇ ਕਰ ਲੈਂਦੇ ਅਗਲਾ ਦਿਨ ਹੋ ਗਿਆ ਸ਼ੁਰੂ ਦੇ ਆ ਸਾਰੇ ਸੇਵਾ ਕਰਨ ਸੇਵਾ ਹੋਣ ਦੀ ਪੂਰੀ ਮੈਟ ਮੂਟ ਚੁੱਕਦੇ ਹੁਣ ਅੱਜ ਜ਼ੋਰ ਦਾ ਕੰਮ ਆ ਜ਼ਿਆਦਾ ਅੱਜ ਕਰਦੇ ਸੇਵਾ ਅੱਜ ਤੇ ਕੱਲ ਨੂੰ ਗੁਮੜ ਦੀ ਸਫਾਈ ਹਾਂ ਕੱਲ ਨੂੰ ਵੇਖਾਂਗੇ ਫਿਰ ਵਿੱਚ ਆਹ ਵਲੌਗ ਦੇ ਵਿੱਚ ਆਹੋ ਹੀ ਕਰਾਂਗੇ ਆਹ ਵਲੌਗ ਦੇ ਆਹੋ ਕੱਲ ਫਿਰ ਨਵਾਂ ਵਲੌਗ ਜੇ ਸ਼ੂਟ ਹੋਊਗਾ ਤੇ ਆਏ ਹਾਏ ਦੋਵੇਂ ਹੀ ਹਾਂਜੀ ਕੱਲੂ ਮਰ ਪੰਜਾਬ ਦੀ ਚਲੋ ਚਲੋ ਸ਼ਾਬਾਸ਼ 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 ਹਾਂਜੀ ਸਾਹਿਬ ਜੀ ਲੱਗੇ ਆ ਕੰਮ ਕਰਕੇ ਵਿਖਾ ਦੇਣਾ ਫਿਰ ਅੱਜ ਚਲੋ ਵੀ ਮੈਟ ਸਾਫ ਕਰਦੇ ਹੋਣੇ ਇੱਥੇ ਕਹਿੰਦੇ ਇੱਥੇ ਜ਼ੋਰ ਦਾ ਭਾਅ ਲੱਗਣਾ ਲੱਭੇ ਭਾਅ ਇੱਥੇ ਜ਼ੋਰ ਦਾ ਭਾਅ ਲੱਗਣਾ ਅਤੇ ਕਿਹਦੇ 'ਚ ਕਿੰਨਾ ਜ਼ੋਰ ਇੱਥੇ ਵੇਖੀ ਰੰਗ ਇੱਦਾਂ ਨਿਕਲਣਾ ਭਾਵੇਂ ਸਾਰਾ ਪਿੰਡ ਹੋਲੀ ਖੇਡ ਲਏ ਆਹਨੂੰ ਗੱਲਾਂ ਕਰਾ ਦੇਣੀ ਆਹਨੂੰ ਗੱਲਾਂ ਸ਼ੈੱਡ ਚੈੱਕ ਕਰੋ ਹੁਣ ਵੇਖੀ ਜਾਓ ਬਾਅਦ ਗੋਭੀ ਫਰ ਇੱਕ ਜਣਾ ਸ਼ੂਟ ਕਰ ਸ਼ੂਟ ਕਰ ਵੇ ਵੇ ਦੋ ਜਣੇ ਹੋਣਗੇ ਫਿਰ ਉਹਨਾਂ ਦੇ ਨਾਲ ਮਾਰ ਦੀ ਬੰਦੇ ਪੂਰੇ ਫਾਰਮ ਚ ਇੱਕ ਕੀ ਹੁਣ ਡਿਆ ਅੰਦਰ ਹਰਨੈਲ ਦਾ ਜਿਹੜਾ ਇੱਥੇ ਮਹਾਰਾਜ ਦੇ ਹਜੂਰੀ ਚ ਫੇਰਨਾ ਵਾ ਤੇ ਹਾਂ ਬਸ ਜੀ ਬੰਦੇ ਵੇਖ ਲਓ ਫਿਰ ਨਿਊ ਐਡ ਹੋਏ ਬੰਦੇ ਵਲੌਗ 'ਚ ਸਾਰੇ ਸੇਵਾਦਾਰ ਬੈਠੇ ਹੋਏ ਸੇਵਾਦਾਰ ਬੈਠੇ ਆ ਅਤੇ ਚਾਚਾ ਤੂੰ ਗੁਰਦੁਆਰੇ ਲਾਲਬੱਤੀ ਲਈ ਫਿਰਦਿਆ ਗੱਲ ਕੀ ਆ ਲਓ ਵੀ ਸਾਰਾ ਸਾਫ਼ ਸਫਾਈ ਦਾ ਕੰਮ ਹੋ ਚੁੱਕਾ ਵਾ ਹੁਣ ਮੁੰਡੇ ਦੇਖ ਛਕਣ ਡੇ ਆ ਅਤੇ ਇਸ ਤੋਂ ਬਾਅਦ ਤੁਹਾਨੂੰ ਗੱਦੇ ਗੁੱਦੇ ਸਾਰੇ ਵਿਛਾ ਕੇ ਮੈਟ ਵਿਛਾ ਕੇ ਅਤੇ ਫਿਰ ਤੁਹਾਨੂੰ ਬਾਕੀ ਚੈੱਕ ਕਰਾਉਣੇ ਆਲ ਡਨ ਜਦੋਂ ਹੋ ਗਿਆ ਨਾ ਪੂਰਾ ਹੁਣ ਕਰੋ ਚੈੱਕ ਦੇਖ ਲਓ ਵੀ ਮਿੱਤਰੋ ਕਰੋ ਚੈੱਕ ਹੁਣ ਸਾਫ਼ ਸਫਾਈ ਡਨ ਹੋ ਗਈ ਪੂਰੀ ਅਤੇ ਹੁਣ ਬੰਦੇ ਟੇਪਰ ਉੱਪਰ ਭੇਟਣ ਡੇ ਆ ਆਹ
ਓਕੇ ਰਿਪੋਰਟਾਂ ਆਈ ਨਹੀਂ ਲੋ ਵੀ ਸਾਰਾ ਕੰਮ ਕਰਤਾ ਫਿਨਿਸ਼ ਸੇਵਾ ਹੋ ਗਈ ਡਨ ਪੂਰੀ ਕਿਉਂ ਵੀ ਮਜ਼ਾ ਆਇਆ ਕਿ ਨਹੀਂ ਪੂਰਾ ਹੁਣ ਚੱਲੇ ਕੱਲ ਦੇ ਲੱਗੇ ਆ ਕੱਲ 11 ਵਜੇ ਲੱਗੇ ਸੀ ਤੇ ਅੱਜ ਦੇ 3 ਵਜ ਗਏ ਆ ਹੈ ਫਰਿੱਜ ਰਹਿ ਗਈ ਫਰਿੱਜ ਰੱਖ ਦਿੰਦੇ ਆ ਤੇ ਕੰਮ ਸਾਰੇ ਹੋ ਗਏ ਖਤਮ ਹੋਣਾ ਆ ਡਨ ਹੋ ਗਿਆ ਕੰਮ ਸੇਵਾ ਤੇ ਅਸੀਂ ਵੀ ਥੱਕ ਗਏ ਹੁਣ ਪੂਰਾ ਚਲੋ ਜਦੋਂ ਵਲੋਗ ਵਧੀਆ ਲੱਗਿਆ ਸ਼ੇਅਰ ਜ਼ਰੂਰ ਕਰਿਓ ਤੇ ਜਿਹਨੂੰ ਵਧੀਆ ਲੱਗਾ ਉਹ ਸ਼ੇਅਰ ਕਰਿਓ ਵੀਡੀਓ ਨੂੰ ਕਿਉਂਕਿ ਸਾਰੇ ਸੇਵਾ ਕਰਨ ਚਾਚਾ ਕਰ ਦੀਆ ਫਿਰ ਖਤਮ ਲੋਕ ਕਹਿਣਾ ਚਾਹੋਗੇ ਕੋ ਬੋਲ ਵੀ ਸੇਵਾ ਸੁਵਾ ਕਰਿਆ ਕਰੋ ਸਾਰਿਆਂ ਨੂੰ ਰੋਜ਼ ਸੇਵਾ ਸਜੇ ਕੱਲ ਵੀ ਕਰਨੀ ਆ ਉਹ ਵਲੋਗ ਵੱਖਰਾ ਲਿਆਵਾਂਗੇ ਆਹ ਵਲੋਗ ਹੁਣ ਕਰ ਦਿੰਦੇ ਖਤਮ ਤੇ ਜੇ ਵਧੀਆ ਲੱਗਿਆ ਤੇ ਚੈਨਲ ਨੂੰ ਕਰਦੇ ਸਬਸਕ੍ਰਾਈਬ ਤੇ ਸ਼ੇਅਰ ਤੇ ਲਾਈਕ ਜ਼ਰੂਰ ਕਰਿਓ ਤੇ ਅਸੀਂ ਚੱਲੇ ਹਾਂ ਮੱਥਾ ਟੇਕ ਕੇ ਘਰਾਂ ਨੂੰ ਸ਼ਾਮਾਂ ਨੂੰ ਫੇਰ ਆਵਾਂਗੇ ਹੁਣ